ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਠੀਕ ਠਾਕ ਸਾਰੇ? ਅਤੇ ਹਾਂਜੀ, ਆਪਾਂ ਆਏ ਸੀ ਨਾਨਕੇ ਪਿੰਡ ਆਪਣੇ, ਅਤੇ ਉੱਥੇ ਮਾਮੇ ਹੋਣਾਂ ਨੇ ਬਣਾਈ ਕੋਠੀ, ਅਤੇ ਕੋਠੀ ਅਗਲੇ ਬੰਨੇ ਵਿਹੜੇ 'ਚ ਲਾਉਂਦੇ ਆ ਉਹ ਇੱਟ, ਆ ਤੁਹਾਨੂੰ ਵਿਖਾਉਂਦੇ ਆ। ਪਹਿਲਾਂ ਤਾਂ ਜ਼ਿਆਦਾ ਲੋਕ ਟੈਲ ਚੱਲਦੀ ਹੁੰਦੀ ਸੀ, ਅਤੇ ਹੁਣ ਜ਼ਿਆਦਾ ਇਸ ਚੀਜ਼ ਦਾ ਟ੍ਰੈਂਡ ਚੱਲਦਾ। ਇਹ ਖਰਚਾ ਤਾਂ ਵੈਸੇ ਉਹਦੇ ਨਾਲ ਵਾਧੇ ਦਾ ਲੋਕ ਟੈਲ ਨਾਲੋਂ, ਪਰ ਇਹਨਾਂ ਸੋਹਣੀ ਬਹੁਤ ਲੱਗਦੀ ਹੈ। ਇਹ 2200 ਸਕੇਅਰ ਫੁੱਟ ਏਰੀਆ ਸਾਰਾ ਇਹਨਾਂ ਦਾ, ਅਤੇ 2.5 ਕੁ ਲੱਖ ਰੁਪਈਆ ਖਰਚਾ ਇਹਨਾਂ ਦਾ ਆ ਗਿਆ ਵਾ ਜੀ, ਆਹ ਜੇ ਲੱਗ ਰਹੀ ਆ। ਜੀ ਇਹ ਬਹੁਤ ਕੰਮ ਬਰੀਕੀ ਦਾ ਅਤੇ ਨਾਲੇ ਦਿਮਾਗ ਦਾ ਹੈ। ਅਤੇ ਆਹ ਪਾਉਣ ਦੇ ਵਿੱਚ ਚਿੱਟਾ ਸੀਮਿੰਟ, ਇਹਦੇ ਨਾਲ ਵਿੱਥਾਂ ਵੁੱਥਾਂ ਸਾਰੀਆਂ ਭਰ ਜਾਣਗੀਆਂ। ਥੱਲੇ ਨਾ ਇੱਟ ਲਾਈ ਹੈ, ਕਹਾਣੀ ਦੇ ਨਾਲ ਲੱਗਦੀ ਹੈ, ਕਹਾਣੀ ਥੱਲੇ ਪਾ ਕੇ ਅਤੇ ਉੱਤੇ ਇੱਟ ਲਾ ਕੇ ਅਤੇ ਬਾਅਦ 'ਚ ਉੱਤੇ ਸੀਮਿੰਟ ਪਾ ਦਿੰਦੇ। ਇਹ ਆ ਜੀ ਰਗੜਾਈ ਤੋਂ ਬਾਅਦ ਦੀਆਂ ਫੋਟੋਆਂ ਵੀਡੀਓ, ਅਤੇ ਮਤਲਬ ਕਿ ਬਹੁਤ ਸੋਹਣਾ ਬਣ ਗਿਆ ਡਿਜ਼ਾਇਨ ਇਹ। ਹਾਂਜੀ, ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ। ਠੀਕ ਹੈ ਜੀ, ਧੰਨਵਾਦ।